ਤੇਜ਼ ਧਾਰ ਹਥਿਆਰਾਂ ਦੇ ਦਮ ਤੇ ਇੱਕ ਦੁਕਾਨ ਦੇ ਵਿੱਚ ਲੁੱਟ ਕੀਤੀ ਗਈ ਹੈ। ਦੱਸਦੀ ਹੈ ਕਿ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਦੁਕਾਨਦਾਰ ਨੂੰ ਬੰਧਕ ਬਣਾਇਆ ਜਾਂਦਾ ਤੇ ਫਿਰ ਉਸਦੇ ਗੱਲੇ ਦੇ ਵਿੱਚ ਪਏ 60,000 ਰੁਪਏ ਲੁੱਟ ਕੇ ਜੋ ਲੁਟੇਰੇ ਸੀ ਉਹ ਫਰਾਰ ਹੋ ਗਏ ਨੇ। ਤੇ ਲੁਟੇਰੇ ਦੱਸਿਆ ਜਾ ਰਿਹਾ ਕਿ ਇੱਕ ਆਟੋ ਦੇ ਵਿੱਚ ਸਵਾਰ ਹੋ ਕੇ ਆਏ ਸੀ ਤੇ ਜਿਵੇਂ ਹੀ ਇਹ ਲੁੱਟ ਕਰਨ ਤੋਂ ਬਾਅਦ ਭੱਜਣ ਲੱਗੇ ਤਾਂ ਦੁਕਾਨਦਾਰ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ, ਚੋਰ ਚੋਰ ਕਹਿ ਕੇ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕੁਝ ਲੋਕ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ। ਇੰਨਾ ਕਿਹਾ ਜਾ ਰਿਹਾ ਕਿ ਆਟੋ ਦੇ ਉੱਪਰ ਵੀ ਇੱਕ ਮੁੰਡਾ ਚੜ੍ਹ ਜਾਂਦਾ ਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਜੋ ਲੁਟੇਰੇ ਨੇ ਹਥਿਆਰ ਦਿਖਾਏ ਜਾਂਦੇ ਨੇ, ਜਿਸ ਦੇ ਕਾਰਨ ਉਹ ਵੀ ਮੁੰਡਾ ਹੇਠਾਂ ਉਤਰ ਜਾਂਦਾ, ਜਿਸ ਤੋਂ ਬਾਅਦ ਆਟੋ ਦੇ ਵਿੱਚ ਇਹ ਭੱਜਣ 'ਚ ਲੁਟੇਰੇ ਕਾਮਯਾਬ ਹੋ ਜਾਂਦੇ ਨੇ। ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਾਮ ਦੇ ਸਮੇਂ ਦੱਸਿਆ ਜਾ ਰਿਹਾ ਕਿ ਲੁਟੇਰੇ ਇੱਕ ਆਟੋ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ, ਮੂੰਹ ਇਹਨਾਂ ਦੇ ਬੰਨੇ ਹੋਏ ਹੁੰਦੇ ਨੇ, ਦੋ ਲੁਟੇਰੇ ਤਾਂ ਦੁਕਾਨ 'ਚ ਐਂਟਰ ਹੁੰਦੇ ਨੇ ਅਤੇ ਇੱਕ ਲੁਟੇਰਾ ਦੱਸਿਆ ਜਾ ਰਿਹਾ ਕਿ ਆਟੋ ਦੇ ਵਿੱਚ ਹੀ ਬੈਠਾ ਰਹਿੰਦਾ। ਜਦੋਂ ਇਹ ਲੁੱਟ ਕਰਕੇ ਭੱਜਣ ਲੱਗਦੇ ਨੇ ਤਾਂ ਆਟੋ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ, ਉਹਨਾਂ ਦਾ ਪਿੱਛਾ ਵੀ ਕੀਤਾ ਜਾਂਦਾ ਪਰ ਹਥਿਆਰ ਦਿਖਾ ਕੇ ਜੋ ਪਿੱਛਾ ਕਰ ਰਹੇ ਲੋਕ ਹੁੰਦੇ ਨੇ ਉਹਨਾਂ ਨੂੰ ਡਰਾ ਕੇ ਪਿੱਛੇ ਕਰ ਦਿੰਦੇ ਨੇ, ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ, ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੇ ਜਾ ਰਹੇ ਨੇ ਅਤੇ ਚੋਰਾਂ ਦੀ ਭਾਲ ਜੋ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ, ਪਰ ਕਿਹਾ ਜਾ ਰਿਹਾ ਕਿ 60,000 ਰੁਪਏ ਲੁੱਟ ਕੇ ਇਹ ਸਾਰੇ ਫਰਾਰ ਹੋਏ ਨੇ। ਕੱਲ ਇੱਧਰੋਂ ਜੀ ਟੈਂਪੋ ਆਇਆ ਸੀ ਤੇ ਇਹਨਾਂ ਨੇ ਰੋੜਾ ਪਾਇਆ ਕਿ ਬਈ ਚੋਰ ਚੋਰ, ਤੇ ਅਸੀਂ ਉੱਧਰੋਂ ਟੈਂਪੋ ਸਲੋ 'ਚ ਜਾਈ ਜਾਂਦਾ ਸੀ ਤੇ ਅਸੀਂ ਸਾਰੇ ਇੱਧਰੋਂ 5-6 ਬੰਦੇ ਅਸੀਂ ਇੱਥੇ ਬੈਠੇ ਸੀ ਰੋਡ 'ਤੇ ਤੇ ਅਸੀਂ ਇਹਨਾਂ ਦੇ ਟੈਂਪੋ 'ਤੇ ਚੜ੍ਹੇ ਜਾਵੀਂ, ਉਹਨਾਂ ਨੇ ਟੈਂਪੋ ਤੇਜ਼ ਕਰ ਲਿਆ ਤੇ ਉੱਪਰੋਂ ਕਹਿੰਦੇ ਪੈਟਰੋਲ ਘੱਟ ਫਾਇਰ ਕਰਨਾ ਇਹਨਾਂ ਦੇ, ਤੇ ਅਸੀਂ ਟੈਂਪੋ 'ਚ ਚੜ੍ਹੇ ਹੋਏ ਸੀ ਤੇ ਫਿਰ ਮੈਂ ਸਾਰੇ ਉੱਤਰ ਗਏ, ਮੈਂ ਇਕੱਲਾ ਸੀ ਤੇ ਮੈਂ ਟੈਂਪੋ 'ਤੇ ਚੜ੍ਹਿਆ ਤਾਂ ਹੋਇਆ ਸੀ, ਮੈਂ ਭੱਜ ਗਿਆ ਫਿਰ ਉੱਤਰ ਕੇ ਤੇ ਮੈਂ ਸ਼ਰਟ ਫਟੀ ਉਹਦੇ ਪਿੱਛੋਂ। ਕਿੰਨੇ ਬੰਦੇ ਸੀਗੇ? 6 ਬੰਦੇ ਸੀ ਟੋਟਲ। ਉਹ 6 ਬੰਦੇ ਦੁਕਾਨ ਤੇ ਲੁੱਟ ਖੋ ਕਰ ਚੁੱਕੇ? ਹਾਂ, ਇੱਧਰੋਂ ਭੱਜੇ ਸੀ ਉਹ ਦੁਕਾਨ 'ਚ ਲੁੱਟ ਖੋ, ਸਾਰਿਆਂ ਨੇ ਪਰਨੇ ਬੰਨੇ ਹੋਏ ਸੀ ਮੂੰਹ ਤੇ ਆਪਦੇ ਚਿੱਟੇ ਪਰਨੇ। ਕਿੰਨੇ ਕੀ ਉਮਰ ਦੇ ਲੱਗਦੇ ਸੀ? ਉਹ ਜੀ 18, 22, 25 ਇੰਨੇ ਕੀ ਉਮਰ ਤੱਕ ਦੇ ਸੀ। ਤੇ ਆਟੋ ਫਿਰ ਭਜਾ ਲਿਆ ਤੇ? ਹਾਂ, ਆਟੋ ਉੱਧਰੋਂ ਭਜਾਇਆ ਤੇ ਮੋੜ ਤੇ ਆ ਕੇ, ਪਹਿਲਾਂ ਸਲੋ ਆਇਆ ਸੀ। ਕਿੰਨੀ ਦੇਰ ਬਾਅਦ? ਕੁਛ ਤਾਂ ਹੀ ਆਈ ਨਹੀਂ ਇੱਥੇ ਕਦੋਂ ਦੀ, ਪੁਲਿਸ ਨੂੰ ਫੋਨ ਵੀ ਕੀਤਾ ਸਾਰਿਆਂ ਨੇ, ਹੁਣ ਤੱਕ ਨਹੀਂ ਆਏ ਪੁਲਿਸ ਤਾਂ। ਨਾ ਕਿਤੇ ਨਾਲ ਹੀ ਰਹਿੰਦੇ? ਹਾਂਜੀ, ਅਸੀਂ ਤਾਂ ਨਾਲ ਹੀ ਰਹਿੰਦੇ, ਸਾਰਾ ਕੰਮ ਆ ਜਾਂਦਾ ਸਾਰਾ। ਅੰਕਲ ਦਾ ਹੀ ਜਿਵੇਂ ਪੈਸੇ ਪੂਸੇ ਕਢਵਾਉਣੇ ਹੋਏ ਵੀ ਬੈਂਕ 'ਚ ਜਮ੍ਹਾਂ ਕਰਵਾਉਣੇ ਆ, ਇਹ ਕੰਮ ਸੀ ਅੰਕਲ ਦਾ ਬਾਈ, ਤਾਂ ਜਾਣਦੇ ਹੀ ਬਹੁਤ ਪਾਣੇ ਅੰਕਲ ਨੂੰ। ਅੰਕਲ ਕਿੰਨੇ ਵਜੇ ਦੀ ਘਟਨਾ ਹੈ ਪਤਾ? ਘਟਨਾ ਤਾਂ ਜੀ 8:30 ਤੱਕ ਦੀ ਆ। ਬਸ ਉਹ ਮੈਂ ਇੱਥੇ ਬੈਠਾ ਸੀਗਾ ਜੀ, ਇਕੱਲਾ ਹੀ ਬੈਠਾ ਸੀ, ਸ਼ਾਮ ਦਾ ਟਾਈਮ ਸੀ, ਜਾਣ ਦੀ ਤਿਆਰੀ ਸੀਗੀ ਤੇ ਉਹ ਜਾਣੇ ਆਏ, ਪਹਿਲਾਂ ਇੱਕ ਜਣਾ ਅੰਦਰ ਵੜਿਆ, ਉਹਦੇ ਹੱਥ 'ਚ ਜਾ ਸੀਗਾ, ਉਹਨੇ ਆਉਣ ਸਰ ਫੱਟਾ ਚੱਕਿਆ, ਮੈਂ ਕਿਹਾ ਕੀ ਕਰਦਾ, ਮੈਂ ਫੱਟਾ ਫੜ ਲਿਆ ਅੱਗੇ, ਤੇ ਉਹਨੇ ਦੂਜਾ ਮਗਰੇ ਨਾਲ ਦੂਜਾ ਆ ਗਿਆ, ਦੋਹਾਂ ਨੇ ਕਰਕੇ ਅੰਦਰ ਵੜ ਕੇ ਬਾਹਰ ਅੰਦਰ ਵੜ ਕੇ ਉਹਨਾਂ ਨੇ ਜਿਹੜਾ ਸੀਗਾ, ਮੈਂ ਉਹਨਾਂ ਨਾਲ ਹੱਥੋਂ ਪਈ ਹੋ ਗਿਆ, ਜਿਹੜਾ ਮਗਰ ਦੂਸਰਾ ਨਾਲ ਸੀਗਾ ਮੈਂ ਉਹਨੂੰ ਧੱਕਾ ਮਾਰਿਆ, ਤੇ ਉਹ ਦੂਜਾ ਉਹਨੂੰ ਕਹਿੰਦਾ ਜੇ ਮਾਰ ਖਾਂ ਯਾਰ ਤੂੰ ਮਾਰ ਖਾਂ ਇਸਦੇ, ਉਹਨੇ 2-3 ਵਾਰੀ ਆਖਿਆ ਯਾਰ ਜਿਹਦੇ ਲੱਗੇ, ਉਹ ਪੈਸੇ ਕੱਢਣ ਲੱਗ ਗਿਆ, ਮੈਂ ਉਹ ਦਾਹ ਵਾਲੇ ਦੇ ਨਾਲ ਖੇਪਣ ਲੱਗ ਗਿਆ, ਉਹਨੂੰ ਫੜ ਲਿਆ, ਮਾਂ ਤੋਂ ਫੜ ਲਿਆ ਸੀ ਉਹਨੂੰ, ਮੈਂ ਉਹਨੂੰ ਜਾ ਤੋਂ ਫੜ ਲਿਆ, ਉਹਨੇ ਜਿਹੜਾ ਦੂਜਾ ਨਾਲ ਸੀ ਉਹਨੇ ਪੈਸੇ ਕੱਢੇ, ਮੈਂ ਉਹ ਤੋਂ ਘੁਮਾ ਤੇ ਮੈਂ ਉਹਦੀ ਐਂ ਬਾਂਹ ਵੀ ਫੜ ਲਈ, ਉਹ ਮੇਥੋਂ ਬਾਂਹ ਛਡਾ ਕੇ ਤੇ ਭੱਜ ਗਿਆ, ਮਗਰ ਇਹ ਉਧਾਰ ਆ ਉਹਨੇ। ਕਾਹਦਾ ਕੰਮ ਕਰਦਾ? ਆਪਣਾ ਕਸਟਮਰ ਸਰਵਿਸ ਪੁਆਇੰਟ ਹੈਗਾ ਸਟੇਟ ਬੈਂਕ ਆਫ ਇੰਡੀਆ। ਕਿੰਨਾ ਕੈਸ਼ ਲੈ ਗਿਆ? ਲਗਭਗ 60,000। 60,000? ਉਹ ਦੋ ਜਣੇ ਅੰਦਰ ਆਏ ਆ, ਤੀਜਾ ਮੇਰਾ ਖਿਆਲ ਵੀ ਬਾਹਰ ਵੀ ਖੜਾ। ਈ ਰਿਕਸ਼ਾ ਉਹ ਕੋਰਨਰ ਤੇ ਖੜਾ ਸੀ, ਇੱਥੋਂ ਮੈਂ ਮਗਰੇ ਉਹਨਾਂ ਦੇ ਨਿਕਲ ਕੇ ਰੌਲਾ ਪਾ ਤਾ, ਲੋਕ ਬਾਹਰ ਨਿਕਲੇ ਉਹਦੇ ਮਗਰ ਉੱਥੋਂ ਨਿਕਲ ਕੇ ਮੁੰਡੇ ਹੀ ਪੈ ਗਏ ਸੀਗੇ, ਪਰ ਉਹ ਈ ਰਿਕਸ਼ਾ ਭਜਾ ਕੇ ਲੈ ਗਏ। ਹਥਿਆਰ ਵਗੈਰਾ ਕੋਈ? ਉਹਦੇ ਕੋਲੇ ਦਾਹ ਸੀ, ਦਾਹ ਬਕਾਇਦਾ ਆਪਣੀ ਇਹਦੀ ਪਾ ਰਿਹਾ। ਕਿਸ ਤਰ੍ਹਾਂ ਦੇਖਦੇ ਹੋ ਕਦੀ ਹਰ ਵਾਰ ਲੁੱਟ ਖੋ ਵਾਰਦਾਤ ਚੋਰੀ ਦੀ ਵਾਰਦਾਤ ਹੁੰਦੀ, ਕਿਸ ਤਰ੍ਹਾਂ ਦੇਖਦੇ ਹੋ? ਹਾਲਾਤ ਤਾਂ ਦੇਖੋ ਜੀ ਮਾੜੀ ਹੈਗੀ, ਹੁਣ ਜਦੋਂ ਹਾਲਾਤ ਤਾਂ ਮਾੜੀ ਹੈਗੀ, ਬਾਕੀ ਹੁਣ ਇਹਦੇ ਚੱਪਾ
ਨਹੀਂ ਜੇ ਮੈਂ ਅਸਲ 'ਚ ਮੈਂ ਜੇ ਤਾਂ ਇਸੇ ਕਰਕੇ ਮੈਂ ਕਿਉਂ ਮੈਂ ਦਾਲ ਇਹਨੂੰ ਚਿੰਬੜ ਗਿਆ ਸੀ ਪਹਿਲਾਂ ਉਹਨੂੰ ਫੜ ਲਿਆ ਸੀ ਹੁਣ ਪਰ ਫਿਰ ਮੈਂ ਇਕੱਲਾ ਫਿਰ ਮੈਂ ਇਸੇ ਗੱਲ ਕਰਤੀ ਗਾ ਟਲ ਗਿਆ ਫਿਰ ਹਰੀਰ ਨੇ ਜੇ ਸੱਟ ਸੁੱਟ ਮਾਰ ਕੇ ਕੀ ਫਾਇਦਾ ਉਸ ਤਕਰੀਬਨ ਅੱਧੇ ਘੰਟੇ ਦੀ ਗੱਲ ਹੈ ਮੰਗ ਤਾਂ ਇਹੀ ਆ ਜੀ ਵੀ ਚਲੋ ਜਿਹੜੇ ਇਹੋ ਜਿਹੇ ਹੈਗੇ ਬੰਦੇ ਇਹ ਇਹਨਾਂ ਨੂੰ ਮਤਲਬ ਨਸ ਪਾਈ ਜਾਵੇ ਦੁਕਾਨਦਾਰੀ ਕਰਦਾ ਆਪਦੀ ਰੋਟੀ ਪਾਣੀ ਆਪਦੀ ਕਮਾ ਕੇ